ਜਦੋਂ ਆਪਾਂ ਸਿੱਖ ਰਾਜ ਦੀ ਗੱਲ ਕਰਦੇ ਹਾਂ ਤਾਂ ਆਪਾਂ ਸ਼ੇਰੇ ਪੰਜਾਬ ਵੱਲੋਂ ਜਿੱਤੀਆਂ ਹੋਈਆਂ ਜੰਗਾਂ ਦੀ, ਉਹਨਾਂ ਵੱਲੋਂ ਫਤਿਹ ਕੀਤੇ ਹੋਏ ਇਲਾਕਿਆਂ ਦੀ ਗੱਲ ਬੜੇ ਮਾਣ ਨਾਲ ਕਰਦੇ ਹਾਂ, ਜੋ ਕਿ ਕਰਨੀ ਵੀ ਚਾਹੀਦੀ ਆ। ਪਰ ਇੱਥੇ ਮੈਂ ਗੱਲ ਕਰੂੰਗਾ ਉਸ ਇਤਿਹਾਸ ਦੀ ਜਿਹੜਾ ਆਪਣੇ ਇਤਿਹਾਸ ਦੇ ਪੰਨਿਆਂ 'ਚੋਂ ਅਣਗੋਲਿਆ ਕੀਤਾ ਗਿਆ, ਜਿਹਦੇ ਬਾਰੇ ਆਪਾਂ ਨੂੰ ਜਾਂ ਤਾਂ ਬਿਲਕੁਲ ਨਹੀਂ ਪਤਾ ਜਾਂ ਥੋੜ੍ਹਾ ਬਹੁਤ ਸੁਣਿਆ ਹੋਇਆ। ਆਪਾਂ ਇਸ ਵੀਡੀਓ ਵਿੱਚ ਐਸੇ ਸਿੱਖ ਸਰਦਾਰ ਦੀ ਗੱਲ ਕਰਾਂਗੇ ਜਿਹਨੂੰ ਸਿੱਖ ਰਾਜ ਦੇ ਪਹਿਲੇ ਵਿਗਿਆਨੀ ਹੋਣ ਦਾ ਮਾਣ ਪ੍ਰਾਪਤ ਆ। ਮੈਂ ਗੱਲ ਕਰੂੰਗਾ ਸਰਦਾਰ ਲਹਿਣਾ ਸਿੰਘ ਮਜੀਠੀਆ ਦੀ। ਗੱਲ ਆਪਾਂ ਸ਼ੁਰੂ ਕਰਾਂਗੇ ਘੜੀ ਤੋਂ ਤੇ ਖਤਮ ਕਰਾਂਗੇ ਤੋਪਾਂ ਤੇ। ਸਰਦਾਰ ਲਹਿਣਾ ਸਿੰਘ ਮਜੀਠੀਆ ਦੀਆਂ ਉਹ ਖੋਜਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਦੇਖ ਕੇ ਅੰਗਰੇਜ਼ ਵੀ ਹੈਰਾਨ ਰਹਿ ਗਏ ਸੀ। ਜਿਹੜੇ ਯੂਰਪ ਦੇ ਵਿਗਿਆਨੀ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਐਵੇਂ ਦੀਆਂ ਤੋਪਾਂ ਜਿਵੇਂ ਦੀਆਂ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਬਣਾਈਆਂ ਨੇ ਉਹਨਾਂ ਨੇ ਪੂਰੇ ਸੰਸਾਰ ਵਿੱਚ ਵੀ ਨਹੀਂ ਦੇਖੀਆਂ। ਹੁਣ ਆਪਾਂ ਵੀਡੀਓ ਸ਼ੁਰੂ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਘੜੀ ਦੀ। ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਐਸੀ ਘੜੀ ਦੀ ਕਾਢ ਕੱਢੀ ਜਿਹੜੀ ਧੁੱਪ ਦੀ ਸਹਾਇਤਾ ਦੇ ਨਾਲ ਸਮਾਂ ਦੱਸਦੀ ਸੀ। ਇਕੱਲਾ ਸਮਾਂ ਹੀ ਨਹੀਂ ਦੱਸਦੀ ਸੀ, ਉਹ ਚੰਦਰਮਾ ਦੇ ਹਿਸਾਬ ਦੇ ਨਾਲ ਘੜੀਆਂ ਦਾ ਘਟਨਾ ਵਧਣਾ ਵੀ ਦੱਸਦੀ ਸੀ। ਜਦੋਂ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਇਹ ਘੜੀ ਸ਼ੇਰੇ ਪੰਜਾਬ ਨੂੰ ਦਿਖਾਈ ਤਾਂ ਸ਼ੇਰੇ ਪੰਜਾਬ ਬਹੁਤ ਪ੍ਰਭਾਵਿਤ ਹੋਏ ਤੇ ਸ਼ੇਰੇ ਪੰਜਾਬ ਨੇ ਇਸ ਘੜੀ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਰੱਖ ਦਿੱਤਾ, ਜੋ ਅੱਜ ਵੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਆ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਤੋਪਾਂ ਦੀ। ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਕਈ ਤੋਪਾਂ ਤਿਆਰ ਕੀਤੀਆਂ ਸੀ ਖਾਲਸਾ ਰਾਜ ਦੇ ਵਿੱਚ, ਜਿਨ੍ਹਾਂ ਵਿੱਚੋਂ ਪ੍ਰਮੁੱਖ ਤੌਰ ਤੇ ਜੇ ਆਪਾਂ ਗੱਲ ਕਰੀਏ ਉਹ ਨੇ ਜਾਫਰ ਜੰਗ, ਜਾਬਰ ਜੰਗ, ਫਤਿਹ ਜੰਗ ਤੇ ਜੰਗੇ ਬਿਜਲੀ। ਇਸ ਤੋਂ ਇਲਾਵਾ ਇਹਨਾਂ ਚਾਰਾਂ ਤੋਪਾਂ ਤੋਂ ਇਲਾਵਾ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਇੱਕ ਹੋਰ ਤੋਪ ਬਣਾਈ, ਉਹ ਤੋਪ ਸਟੀਲ ਦੇ ਨਾਲ ਤਿਆਰ ਕੀਤੀ ਗਈ ਸੀ। ਉਸ ਤੋਪ ਦਾ ਨਾਮ ਰੱਖਿਆ ਗਿਆ ਸੀ ਸੂਰਜਮੁਖੀ। ਹੁਣ ਇਸ ਤੋਪ ਦੀ ਖਾਸ ਗੱਲ ਕੀ ਸੀ ਜਿਸ ਨੂੰ ਦੇਖ ਕੇ ਅੰਗਰੇਜ਼ ਵੀ ਪ੍ਰਭਾਵਿਤ ਹੋਏ ਸੀ? ਇਹ ਤੋਪ ਦੀ ਖਾਸ ਗੱਲ ਇਹ ਸੀ ਕਿ ਜਿੰਨੇ ਵੀ ਗੋਲੇ ਇਸ ਤੋਪ ਵਿੱਚੋਂ ਕੱਢੋ ਇਸ ਤੋਪ ਦੀ ਜੋ ਬੈਰਲ ਹੈ ਉਹ ਗਰਮ ਨਹੀਂ ਹੁੰਦੀ ਸੀ। ਇਸ ਤੋਂ ਪਹਿਲਾਂ ਕੀ ਹੁੰਦਾ ਸੀ, ਜੋ ਅੰਗਰੇਜ਼ਾਂ ਕੋਲ ਵੀ ਤੋਪਾਂ ਸੀ, ਕੁਸ਼ਕ ਗੋਲੇ ਦਾਗਣ ਮਗਰੋਂ ਜਿਹੜੀ ਬੈਰਲ ਹੁੰਦੀ ਹੈ ਤੋਪ ਦੀ ਉਹ ਗਰਮ ਹੋ ਜਾਂਦੀ ਸੀ। ਪਰ ਸਰਦਾਰ ਲਹਿਣਾ ਸਿੰਘ ਮਜੀਠੀਏ ਇਸ ਲੈਵਲ ਦੇ ਵਿਗਿਆਨੀ ਸੀ ਕਿ ਉਹਨਾਂ ਨੇ ਐਵੇਂ ਦੀ ਤੋਪ ਬਣਾ ਲਈ ਜਿਹੜੀ ਗਰਮ ਨਹੀਂ ਹੁੰਦੀ ਸੀ। ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਇਹ ਤੋਪ ਤਾਂ ਜਿਹੜੀ ਬਣਾਈ ਉਹਨਾਂ ਨੇ ਹੋਰ ਵੀ ਕਈ ਤੋਪਾਂ ਤਿਆਰ ਕੀਤੀਆਂ। ਉਹਨਾਂ ਨੇ ਚਾਮੜੇ ਦੀਆਂ ਕਈ ਤੋਪਾਂ ਤਿਆਰ ਕੀਤੀਆਂ। ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਇੱਕ ਚਾਮੜੇ ਤੋਂ ਕਿਵੇਂ ਤੋਪ ਬਣ ਸਕਦੀ ਆ, ਪਰ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਆਪਦੀ ਸੂਝਬੂਝ ਨਾਲ ਚਾਮੜੇ ਦੀਆਂ ਤੋਪਾਂ ਬਣਾਈਆਂ ਸੀ। ਜਦ ਇਹਨਾਂ ਚਾਮੜੇ ਦੀਆਂ ਤੋਪਾਂ ਨੂੰ ਵਰਤਿਆ ਜਾਂਦਾ, ਇੱਕ ਵਾਰ ਵਰਤ ਕੇ ਇਹਨਾਂ ਤੋਪਾਂ ਨੂੰ ਸਿੱਟ ਦਿੱਤਾ ਜਾਂਦਾ ਹੁੰਦਾ ਸੀ, ਇਸ ਕਰਕੇ ਇਹਨਾਂ ਨੂੰ ਡਿਸਪੋਜੇਬਲ ਤੋਪ ਵੀ ਕਿਹਾ ਜਾਂਦਾ ਹੁੰਦਾ ਸੀ। ਹੁਣ ਸਿੱਖਾਂ ਨੇ ਇਹ ਤੋਪਾਂ ਕਦੋਂ ਵਰਤੀਆਂ? ਜਦੋਂ ਜਨਰਲ ਜ਼ੋਰਾਵਰ ਸਿੰਘ ਤਿੱਬਤ ਨੂੰ ਫਤਿਹ ਕਰਨ ਲਈ ਚੱਲਦੇ ਨੇ ਤਾਂ ਆਪਦੇ ਨਾਲ ਉਹ ਇਹੀ ਚਾਮੜੇ ਦੀਆਂ ਤੋਪਾਂ ਲੈ ਕੇ ਜਾਂਦੇ ਨੇ, ਕਿਉਂਕਿ ਪਹਾੜੀਆਂ ਦੇ ਉੱਤੇ ਜੋ ਨੋਰਮਲ ਤੋਪਾਂ ਹੁੰਦੀਆਂ ਨੇ ਉਹਨਾਂ ਦਾ ਵਜਨ ਜ਼ਿਆਦਾ ਹੁੰਦਾ, ਉਹਨਾਂ ਨੂੰ ਪਹਾੜੀਆਂ ਉੱਤੇ ਚਾੜਨਾ ਬਹੁਤ ਔਖਾ ਹੁੰਦਾ। ਪਰ ਉੱਥੇ ਹੀ ਜਿਹੜੀਆਂ ਚਾਮੜੇ ਦੀਆਂ ਤੋਪਾਂ ਨੇ ਇਹਨਾਂ ਨੂੰ ਆਪਦੇ ਨਾਲ ਲੈ ਕੇ ਜਾਣਾ ਬੜਾ ਸੌਖਾ ਹੁੰਦਾ, ਇਸ ਕਰਕੇ ਇਹ ਚਾਮੜੇ ਦੀਆਂ ਤੋਪਾਂ ਜਨਰਲ ਜ਼ੋਰਾਵਰ ਸਿੰਘ ਨੇ ਵਰਤੀਆਂ। ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਇੱਕ ਤੋਪ ਹੋਰ ਤਿਆਰ ਕੀਤੀ ਲੁਧਿਆਣੇ ਦੀ ਸੰਧੀ ਦੇ ਦੌਰਾਨ। ਜਦ ਰਣਜੀਤ ਸਿੰਘ ਅੰਗਰੇਜ਼ਾਂ ਦੀਆਂ ਕੁਝ ਤੋਪਾਂ ਦੇਖਦੇ ਨੇ ਜਿਨ੍ਹਾਂ ਨੂੰ ਡਬਲ ਐਕਸ਼ਨ ਤੋਪਾਂ ਕਿਹਾ ਜਾਂਦਾ ਸੀ, ਉਹ ਤੋਪਾਂ ਦੀ ਖਾਸੀਅਤ ਇਹ ਸੀ ਜਦੋਂ ਉਹਨਾਂ ਤੋਪਾਂ ਵਿੱਚੋਂ ਫਾਇਰ ਕੀਤਾ ਜਾਂਦਾ ਇੱਕ ਵਾਰ ਗੋਲਾ ਨਿਕਲਣ ਲੱਗੇ ਉਹ ਤੋਪ ਆਵਾਜ਼ ਕਰਦੀ ਸੀ ਤੇ ਇੱਕ ਜਿੱਥੇ ਜਾ ਕੇ ਗੋਲਾ ਡਿੱਗਦਾ ਸੀ ਉੱਥੇ ਧਮਾਕੇ ਦੀ ਆਵਾਜ਼ ਆਉਂਦੀ ਸੀ। ਮਹਾਰਾਜਾ ਰਣਜੀਤ ਸਿੰਘ ਇਹਨਾਂ ਤੋਪਾਂ ਨੂੰ ਦੇਖ ਕੇ ਬੜਾ ਪ੍ਰਭਾਵਿਤ ਹੁੰਦੇ ਨੇ ਤਾਂ ਉਹ ਕੋਲ ਖੜੇ ਲਹਿਣਾ ਸਿੰਘ ਮਜੀਠੀਆ ਨੂੰ ਪੁੱਛਦੇ ਨੇ ਕਿ ਆਪਾਂ ਵੀ ਐਵੇਂ ਦੀਆਂ ਤੋਪਾਂ ਤਿਆਰ ਕਰ ਸਕਦੇ ਹਾਂ, ਤੇ ਉੱਥੇ ਫਿਰ ਸਰਦਾਰ ਲਹਿਣਾ ਸਿੰਘ ਮਜੀਠੀਆ ਅੰਗਰੇਜ਼ਾਂ ਦੇ ਸਿਪਾਹੀਆਂ ਨੂੰ ਕਹਿੰਦੇ ਨੇ ਕਿ ਮੈਨੂੰ ਇੱਕ ਵਾਰ ਇਹ ਤੋਪ ਹੋਰ ਚਲਾ ਕੇ ਦਿਖਾਓ। ਤੇ ਜਦੋਂ ਉਹ ਤੋਪ ਲਹਿਣਾ ਸਿੰਘ ਮਜੀਠੀਆ ਚੱਲਦੀ ਦੇਖਦੇ ਨੇ ਉਹ ਰਣਜੀਤ ਸਿੰਘ ਨੂੰ ਕਹਿੰਦੇ ਨੇ ਕਿ ਐਵੇਂ ਦੀ ਤੋਪ ਤਾਂ ਮੈਂ ਇੱਕ ਦਿਨ ਦੇ ਵਿੱਚ ਤਿਆਰ ਕਰ ਸਕਦਾ, ਤੁਸੀਂ ਇੱਥੇ ਸੰਧੀ ਕਰੋ, ਮੈਂ ਚੱਲਿਆ ਲਾਹੌਰ, ਜਦੋਂ ਤੁਸੀਂ ਵਾਪਸ ਆਓਗੇ ਤਾਂ ਤੁਹਾਨੂੰ ਇਹ ਤੋਪ ਲਾਹੌਰ ਦੇ ਵਿੱਚ ਮਿਲੂਗੀ। ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਇੱਕ ਦਿਨ ਦੇ ਵਿੱਚ ਇਹ ਡਬਲ ਐਕਸ਼ਨ ਤੋਪ ਵੀ ਤਿਆਰ ਕਰ ਲਈ ਸੀ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਬੰਦੂਕ ਦੀ, ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਐਵੇਂ ਦੀ ਬੰਦੂਕ ਤਿਆਰ ਕੀਤੀ ਜਿਹਦੇ ਵਿੱਚ ਤਿੰਨ ਨਾਲੀਆਂ ਸੀ। ਇਸ ਤੋਂ ਪਹਿਲਾਂ ਐਵੇਂ ਦੀ ਬੰਦੂਕ ਸਾਰੀ ਦੁਨੀਆਂ ਦੇ ਵਿੱਚ ਨਹੀਂ ਸੀ। ਆਖਿਰ ਤੇ ਗੱਲ ਕਰਦੇ ਹਾਂ, ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਪਾਟਵੇਂ ਗੋਲਿਆਂ ਵਾਲੀ ਤੋਪ ਵੀ ਬਣਾਈ ਸੀ। ਪਾਟਵੇਂ ਗੋਲਿਆਂ ਤੋਂ ਭਾਵ ਕਿ ਜਦੋਂ ਗੋਲਾ ਤੋਪ ਦੇ ਵਿੱਚੋਂ ਨਿਕਲਦਾ ਤਾਂ ਉਹ ਦੋ ਅਲੱਗ ਅਲੱਗ ਜਗ੍ਹਾ ਉੱਤੇ ਪਾਟ ਕੇ ਧਮਾਕੇ ਕਰਦਾ, ਇਸ ਕਰਕੇ ਇਹਨੂੰ ਪਾਟਵੇਂ ਗੋਲਿਆਂ ਵਾਲੀ ਤੋਪ ਵੀ ਕਿਹਾ ਜਾਂਦਾ ਸੀ। ਇਹ ਵੀ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਹੀ ਤਿਆਰ ਕੀਤੀ। ਇਸ ਸਾਰੀਆਂ ਕਾਢਾਂ ਦੇ ਕਰਕੇ ਸਰਦਾਰ ਲਹਿਣਾ ਸਿੰਘ ਮਜੀਠੀਆ ਨੂੰ ਸਾਹਿਬੇ ਕਦਰ ਦਾ ਖਿਤਾਬ ਵੀ ਦਿੱਤਾ ਗਿਆ ਸੀ ਸ਼ੇਰੇ ਪੰਜਾਬ ਵੱਲੋਂ। ਸ਼ੇਰੇ ਪੰਜਾਬ ਨੇ ਹੋਰ ਵੀ ਕਈ ਖਿਤਾਬ ਸਰਦਾਰ ਲਹਿਣਾ ਸਿੰਘ ਮਜੀਠੀਆ ਨੂੰ ਦਿੱਤੇ। ਐਵੇਂ ਦੀਆਂ ਬਹੁਤ ਸਾਰੀਆਂ ਕਾਢਾਂ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਕੱਢੀਆਂ, ਪਰ ਗਿਲਾ ਇੱਥੇ ਇਹ ਹੈ ਕਿ ਆਪਾਂ ਇਹਦੇ ਸਾਰੇ ਇਤਿਹਾਸ ਤੋਂ ਮੁਨਕਰ ਹੋਈ ਬੈਠੇ ਹਾਂ। ਇਹ ਕਾਬਲੀਅਤ ਸੀ ਸਰਦਾਰ ਲਹਿਣਾ ਸਿੰਘ ਮਜੀਠੀਆ ਦੀ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਖੋਜਾਂ ਕੀਤੀਆਂ।
ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਹੋਰ ਵੀ ਛੋਟੀਆਂ ਛੋਟੀਆਂ ਕਈ ਖੋਜਾਂ ਕੀਤੀਆਂ। ਇੱਕ ਵਾਰ ਉਹਨਾਂ ਨੇ ਸ਼ੇਰੇ ਪੰਜਾਬ ਦੇ ਕਹਿਣ ਤੇ ਕੈਲੰਡਰ ਦੀ ਸੋਧ ਵੀ ਕੀਤੀ ਸੀ। ਆਪਾਂ ਇਸ ਵੀਡੀਓ ਵਿੱਚ ਸਰਦਾਰ ਲਹਿਣਾ ਸਿੰਘ ਮਜੀਠੀਆ ਬਾਰੇ ਹੀ ਗੱਲ ਕਰਨੀ ਸੀ ਜੋ ਉਹਨਾਂ ਨੇ ਕਾਢਾਂ ਕੱਢੀਆਂ, ਆਪਾਂ ਖਾਸ ਤੌਰ ਤੇ ਉਹਨਾਂ ਦੀ ਗੱਲ ਕਰਨੀ ਸੀ ਜੋ ਆਪਾਂ ਕੀਤੀ ਆ। ਵੀਡੀਓ ਚੰਗੀ ਲੱਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਧੰਨਵਾਦ।